ਕਿ ਮੈਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਇੱਕ SGPC ਦੇ ਜੋ ਟਾਸਕ ਫੋਰਸ ਵਾਲਾ ਇੱਕ ਕੋਈ ਆਦਮੀ ਸੀ, ਉਸਨੇ ਉਸ 'ਤੇ ਕਿਰਪਾਨ ਨਾਲ ਵਾਰ ਕੀਤਾ। ਉਹਨੇ ਅੱਗੇ ਆਪਣਾ ਹੱਥ ਕੀਤਾ, ਉਹਦੇ ਹੱਥ ਦੀਆਂ ਤੋਂ ਉਂਗਲਾਂ ਦੇ ਕੱਟ ਇੱਥੋਂ ਉਂਗਲਾਂ ਵੱਢੀਆਂ ਗਈਆਂ ਉਹਦੀਆਂ। ਮੈਂ ਇਹਨਾਂ ਤੋਂ ਆਪਣੀ ਜਾਨ ਕਿਸੇ ਤਰ੍ਹਾਂ ਬਚਾ ਕੇ ਦੌੜਿਆ। ਜਦੋਂ ਮੈਂ ਦੌੜਿਆ, 30-35 ਬੰਦੇ ਕਿਰਪਾਨਾਂ ਲੈ ਕੇ, ਜਿਵੇਂ ਇੱਕ ਦੰਗੇ ਦੇ ਵਿੱਚ ਆਪਾਂ ਵੇਖਦੇ ਹਾਂ, ਐਸੀ ਘਿਨਾਉਣੀ ਹਰਕਤ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਵੇਖੀ। 1984 ਵਾਲੇ ਸੀਨ ਆਪਾਂ TV ਦੇ ਵਿੱਚ ਵੇਖਦੇ ਹਾਂ, ਪਰ ਅੱਜ ਮੈਂ ਉਹ ਸਾਹਮਣੇ ਦੇਖ ਲਿਆ ਕਿ ਜਿਵੇਂ 1984 ਦੇ ਵਿੱਚ ਹਿੰਦੂਆਂ ਨੇ ਸਿੱਖਾਂ ਦੇ ਉੱਤੇ ਹਮਲੇ ਕੀਤੇ ਸਨ, ਇਸੇ ਹੀ ਤਰ੍ਹਾਂ ਅੱਜ ਸਿੱਖਾਂ ਨੇ ਸਿੱਖਾਂ 'ਤੇ ਹੀ ਹਮਲੇ ਕੀਤੇ ਹਨ। ਉਹਨਾਂ ਸਿੱਖਾਂ 'ਤੇ ਹਮਲੇ ਕੀਤੇ ਹਨ ਜੋ ਸਿੱਖ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਸਿੰਘ, ਜਿਨ੍ਹਾਂ ਨੇ ਸਿਰਫ ਇੰਨਾ ਹੀ ਜਾ ਕੇ ਕਿਹਾ ਕਿ ਆਟੋ ਦੇ ਵਿੱਚ ਤੁਸੀਂ ਪੋਥੀਆਂ ਕਿਉਂ ਲੱਦ ਰਹੇ ਹੋ, ਅਤੇ ਉਸ ਸਿੰਘ ਦੀ ਇਹਨਾਂ ਨੇ ਦਸਤਾਰ ਵੀ ਲਾ ਦਿੱਤੀ, ਉਸਦੇ ਕੱਪੜੇ ਵੀ ਪਾੜੇ, ਉਸਦੇ ਕੇਸ ਵੀ ਖਿਲਾਰੇ, ਅਤੇ ਉਸਦੇ ਕਕਾਰਾਂ ਦੀ ਬੇਅਦਬੀ ਵੀ ਕੀਤੀ। ਇਹ ਉਹ ਇੱਕ ਸਿੰਘ ਨੇ ਉਹਨਾਂ ਨੂੰ ਰੋਕਣਾ ਚਾਹਿਆ, ਇਹਨਾਂ ਨੇ ਉਸ ਦੀ ਇੰਨੀ ਬੇਅਦਬੀ ਕੀਤੀ। ਅਤੇ ਮੈਂ ਇੱਕ UK ਸਿੱਖ ਚੈਨਲ ਦਾ ਪੱਤਰਕਾਰ ਹੋਣ ਦੇ ਨਾਤੇ ਉੱਥੇ ਕਵਰੇਜ ਕਰਨ ਗਿਆ, ਮੇਰਾ ਕੈਮਰਾ ਖੋਲਿਆ ਗਿਆ, ਮੇਰੇ ਸਿਰ ਦੇ ਵਿੱਚ ਇੱਟਾਂ ਮਾਰੀਆਂ, ਅਤੇ ਇੱਟਾਂ ਦੇ ਨਾਲ ਮੇਰਾ ਕੰਘਾ ਸਭ ਟੁੱਟ ਗਿਆ ਅਤੇ ਸਿਰ ਦੇ ਵਿੱਚ ਕਾਫੀ ਖੂਨ ਹੈ। ਸੋ ਮੈਂ ਇਹ ਮੰਗ ਕਰਦਾ ਵਾਂ ਕਿ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਰਨ ਵਾਲਿਆਂ 'ਤੇ ਇਹਨਾਂ ਨੂੰ ਵੱਡੇ ਤੋਂ ਵੱਡੀ ਸਜ਼ਾ ਮਿਲਣੀ ਚਾਹੀਦੀ ਹੈ।